ਪੰਜਾਬ ਦੇ ਵਿੱਚ ਕਰਫਿਊ ਲੱਗਾ ਹੋਇਆ ਹੈ। ਜ਼ਰੂਰੀ ਚੀਜ਼ਾਂ ਦੀ ਸਪਲਾਈ ਦੇ ਲਈ ਹੀ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਨੇ, ਪਰ ਕੁਝ ਤਸਵੀਰਾਂ ਅਜਿਹੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਰਫਿਊ ਲੱਗੇ ਹੋਣ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਨੇ। ਚੋਰੀ ਛਿਪੇ ਲੋਕਾਂ ਨੂੰ ਸ਼ਰਾਬ ਦੀਆਂ ਪੇਟੀਆਂ ਦਿੱਤੀਆਂ ਜਾ ਰਹੀਆਂ ਨੇ। ਦੱਸਣਯੋਗ ਹੈ ਕਿ ਮੀਡੀਆ ਦੇ ਵੱਲੋਂ ਇਸ ਸਾਰੀ ਚੀਜ਼ ਦਾ ਸਟਿੰਗ ਆਪਰੇਸ਼ਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੁੱਗਣੇ ਰੇਟਾਂ 'ਤੇ ਸ਼ਰਾਬ ਵੇਚੀ ਜਾ ਰਹੀ ਹੈ। ਸ਼ਰਾਬ ਖਰੀਦਣ ਆਏ ਲੋਕਾਂ ਨੇ ਦੱਸਿਆ ਹੈ ਕਿ 7,000 ਦੀ ਪੇਟੀ ਦੀ ਹੁਣ ਵਿਕਰੀ 10,000 ਦੇ ਵਿੱਚ ਕੀਤੀ ਜਾ ਰਹੀ ਹੈ। ਬੀਅਰ ਦੀ ਬੋਤਲ ਜਿਹੜੀ ਕਿ ਸਿਰਫ 200 ਰੁਪਏ ਦੇ ਵਿੱਚ ਮਿਲਦੀ ਸੀ ਉਹ ਹੁਣ 400 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ। ਸ਼ਰਾਬ ਲੈਣ ਆਏ ਵਿਅਕਤੀਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਠੇਕੇ ਖੋਲ੍ਹਣੇ ਨੇ ਤਾਂ ਸਹੀ ਢੰਗ ਦੇ ਨਾਲ ਖੋਲ੍ਹ ਦਿੱਤੇ ਜਾਣ ਅਤੇ ਸਾਰਿਆਂ ਨੂੰ ਇੱਕ ਹੀ ਕੀਮਤ ਦੇ ਉੱਤੇ ਸ਼ਰਾਬ ਮੁਹੱਈਆ ਕਰਵਾਈ ਜਾਵੇ। ਹਾਂਜੀ ਬਾਈ ਜੀ, ਮੈਂ ਬੀਅਰ ਲੈਣ ਆਇਆ ਸੀਗਾ ਜੀ, ਕੋਈ ਝੂਠ ਨਹੀਂ ਇਹ 'ਚ। ਕੀ ਕਹਿੰਦੇ? ਇਹ ਬਾਈ ਜੀ, ਇਹ ਤਾਂ ਲੁੱਟ ਮਚਾਈ ਇਹਨਾਂ ਨੇ, ਜਿਹੜੀ 6,000-7,000 ਦੀ ਪੇਟੀ ਦਸ ਦਸ ਚੁਕਾਉਂਦੇ ਆ, ਕਿਸੇ ਨੂੰ 4 ਚੁਕਾਉਂਦੇ, ਕਿਸੇ ਨੂੰ 3 ਚੁਕਾਉਂਦੇ ਆ। ਜਿਵੇਂ ਬੀਅਰ ਇੱਕ ਮੰਗੀ, ਜਿਹੜਾ ਗਰੀਬ ਬੰਦਾ ਚੱਲ ਜਾਏ ਇੱਕ ਆ ਕੇ ਬੀਅਰ ਮੰਗਦਾ, ਕਹਿੰਦੇ ਹੈ ਨਹੀਂ, ਉਹ ਵੀ 600-400 ਦੀ ਲਾਉਂਦੇ ਇਹ, ਬੰਦਾ ਜਾਵੇ ਕਿੱਥੇ ਜੀ? ਕਿੰਨੇ ਦੀ ਲਾਈ ਹੋਈ ਆ ਇਹ ਬੀਅਰ? ਮੈਨੂੰ 400 ਕਹਿੰਦਾ, ਫਿਰ ਤੁਹਾਨੂੰ ਵੇਖ ਕੇ ਹੁਣ ਜੋ ਤੁਸੀਂ ਜੇ ਆ ਕੇ ਡਰਦਾ ਮਾਰਾ, ਕਹਿੰਦਾ ਮੈਂ ਵੇਚਣੀ ਨਹੀਂ, ਦੇਣੀ ਨਹੀਂ, ਸਾਡੇ ਕੋਲ ਹੈ ਹੀ ਨਹੀਂ। ਪਹਿਲਾਂ ਪੇਟੀਆਂ ਲੈ ਕੇ 10,000 ਦੀ ਪੇਟੀ ਲਾਈ, ਜਿਹੜੀ 7,000 ਦੀ ਪੇਟੀ ਆ ਜੀ। ਮੈਂ ਕਹਿੰਦਾ ਜੀ ਸ਼ਟਰ ਹਜੇ ਵੇਖ ਲਓ ਜੀ, ਲੋਕ ਲੱਗੀ ਨਹੀਂ ਸ਼ਟਰ, ਤਾਂ ਚੱਕੋ ਸ਼ਟਰ ਖੋਲ੍ਹ ਜਾਣੇ। ਆਹ ਵੇਖੋ ਸ਼ਟਰ ਕੋਈ ਲੱਗਿਆ ਨਹੀਂ, ਆਹ ਚੱਕਿਆ ਜਾਣਾ ਸ਼ਟਰ ਤਾਂ। ਤੁਸੀਂ ਕੀ ਮੰਗ ਕਰਦੇ ਆ ਵੀ, ਕੀ ਗੱਲਬਾਤ ਹੈ ਬਾਈ ਜੀ? ਜਾਂ ਤਾਂ ਜੇ ਸਰਕਾਰ ਨੇ ਖਿਲਾਉਣੇ ਤਾਂ ਚੰਗੀ ਤਰ੍ਹਾਂ ਖਿਲਾਵੇ, ਅਤੇ ਨਹੀਂ ਤਾਂ ਹਰ ਇੱਕ ਨੂੰ ਇੱਕ ਤਕੜੀ ਤੋਲਿਆ ਜਾਵੇ, ਜਾਂ ਬੰਦ ਕੀਤੇ ਨੇ ਜਮਾਂ ਹੀ, ਅਤੇ ਜਾਂ ਫਿਰ ਸਹੀ ਰੇਟ 'ਤੇ ਦਿੱਤੀ ਜਾਵੇ ਜੇ ਇਹਨਾਂ ਨੇ ਦੇਣੀ ਹੈ ਬਸ। ਬਿਊਰੋ ਰਿਪੋਰਟ, ਦਾ ਟੀਵੀ, ਐਨ ਆਰ ਆਈ।